ਮੈਂ ਹਾਂ ਚੰਚਲ ਮਨਹੋਰ ਸਿੰਘ ਤੁਸੀਂ ਦੇਖ ਰਹੇ ਹੋ ਅਮਰਿਤ ਪ੍ਰਸਾਰ ਆਪ ਸਭ ਜੀ ਦਾ ਬਹੁਤ ਬਹੁਤ ਸਵਾਗਤ ਹੈ ਦਿੱਲੀ ਦੀ ਮਿਊਨਿਸਪਲ ਕਾਰਪੋਰੇਸ਼ਨ ਦੇ ਨਤੀਜਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੇ ਹੋਮ ਮਨਿਸਟਰ ਯਾਨੀ ਗ੍ਰਹਿ ਮੰਤਰੀ ਮਿਤ ਸ਼ਾ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਉਹਨਾਂ ਨੇ ਇੱਕ ਵਿਉਂਤ ਘੜੀ ਸੀ ਕਿ ਉਹ ਮਿਊਨਿਸਪਲ ਕਾਰਪੋਰੇਸ਼ਨ ਵਿੱਚ ਵੱਡੀ ਜਿੱਤ ਪ੍ਰਾਪਤ ਕਰਕੇ ਆਪਣਾ ਤਾਕਤਵਰ ਮੇਅਰ ਲਗਾ ਕੇ ਤਾਂ ਫਿਰ ਉਹ ਚੀਫ ਮਿਨਿਸਟਰ ਰਵਿੰਦ ਕੇਜਰੀਵਾਲ ਨੂੰ ਚੈਲੰਜ ਕਰਦਾ ਰਹੇਗਾ ਔਰ ਕੁਝ ਮੇਅਰ ਦੀਆਂ ਪਾਵਰਸ ਵੀ ਇਨਕਰੀਜ਼ ਕਰ ਦਿੱਤੀਆਂ ਜਾਣਗੀਆਂ ਅਤੇ ਸਟੇਟਸ ਤੋਂ ਕੁਝ ਖੇਤਰਾਂ ਦੇ ਕੰਮ ਨੂੰ ਖੋ ਕੇ ਮੇਅਰ ਨੂੰ ਦੇ ਦਿੱਤਾ ਜਾਏਗਾ पर अजय아 ਨਹੀਂ ਹੋ ਸਕਿਆ ਕਿਉਂਕਿ ਲੋਕਾਂ ਨੇ ਫਤਵਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਦਿੱਤਾ ਹੈ। ਔਰ ਆਮ ਆਦਮੀ ਪਾਰਟੀ ਦੀ ਜੋ ਜਿੱਤ ਹੋਈ ਹੈ ਇਹ ਜਿੱਤ ਤਾਂ ਹੈ ਪਰ ਆਪਾਂ ਇਹਨੂੰ ਹੁੰਜਾ ਫੇਰ ਜਿੱਤ ਨਹੀਂ ਕਹਿ ਸਕਦੇ। ਔਰ ਉਹਦੇ ਕਾਰਨਾਮੇ ਵਿੱਚ ਅਸੀਂ ਅੱਗੇ ਜਾਵਾਂਗੇ ਇਸ ਤੋਂ ਪਹਿਲਾਂ ਮੇਰੇ ਆਪ ਜੀ ਨੂੰ ਗੁਜਾਰਸ਼ ਹੈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦਾ ਤੁਸੀਂ ਬੈਲ ਬਟਨ ਦਬਾਓ ਤਾਂ ਜੋ ਵੀਡੀਓ ਸਭ ਤੋਂ ਪਹਿਲੇ ਤੁਹਾਨੂੰ ਮਿਲਣ ਔਰ ਨਾਲ ਹੀ ਇਸ ਦੇ ਕਮੈਂਟ ਬਾਕਸ ਵਿੱਚ ਜੋ ਵੀ ਤੁਹਾਡੇ ਵੀਡੀਓ ਬਾਰੇ ਵਿਚਾਰ ਹਨ ਉਹਨਾਂ ਨੂੰ ਦਰਜ ਕਰੋ ਅਤੇ ਆਪਣੇ ਸੰਬੰਧੀਆਂ ਨਾਲ ਇਸ ਨੂੰ ਮਿੱਤਰਾਂ ਨਾਲ ਸਾਂਝਾ ਕਰੋ ਮੋਦੀ ਦੀਆਂ ਆਸਾਂ ਤੇ ਜੋ ਪਾਣੀ ਫਿਰ ਗਿਆ ਉਹ ਇਸ ਕਰਕੇ ਫਿਰਿਆ ਹੈ ਕਿ ਦਿੱਲੀ ਦਾ ਵੋਟਰ ਇਹ ਮਹਿਸੂਸ ਕਰਦਾ ਹੈ ਕਿ ਆਮ ਆਦਮੀ ਪਾਰਟੀ ਜਿੱਥੇ ਪ੍ਰਾਂਤਕ ਕਮਾਂ ਯਾਨੀ ਦਿੱਲੀ ਸਟੇਟ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਉਹਨਾਂ ਨੂੰ ਠੀਕ ਲੱਗਦੀ ਹੈ ਉਸੇ ਤਰ੍ਹਾਂ ਉਹਨਾਂ ਨੇ ਇਹ ਸੋਚਿਆ ਹੈ ਇਸ ਵਾਰੀ ਇਸ ਵਾਰੀ ਇਹ ਸੋਚਿਆ ਹੈ ਕਿ ਉਹ ਮੁਸਪਲ ਕਾਰਪੋਰੇਸ਼ਨ ਦੇ ਤਾਕਤ ਵੀ ਸਿਆਸੀ ਤਾਕਤ ਵੀ ਆਮ ਆਦਮੀ ਪਾਰਟੀ ਨੂੰ ਹੀ ਦੇ ਦੇਣ ਤਾਂ ਜੋ ਉਹਨਾਂ ਦੇ ਲੋਕਲ ਕੰਮ ਜਿਹੜੇ ਕਿ ਉਹਨਾਂ ਦੀਆਂ ਮੁਸਪਲ ਕਾਰਪੋਰੇਸ਼ਨ ਨੇ ਕਰਨੀਆਂ ਜਿਵੇਂ ਪਾਣੀ ਸਪਲਾਈ ਬਿਜਲੀ ਸਪਲਾਈ ਜਾਂ ਹੋਰ ਸਾਰੀਆਂ ਚੀਜ਼ਾਂ ਉਹਨਾਂ ਦਾ ਉਹਨਾਂ ਨੂੰ ਚੰਗਾ ਔਰ ਬਿਨਾਂ ਕ੍ਰਪਸ਼ਨ ਦੇ ਉਹਨਾਂ ਦੀ ਇਹਨਾਂ ਕੰਮਾਂ ਵਿੱਚ ਉਹਨਾਂ ਨੂੰ ਸਹੂਲਤਾਂ ਮਿਲ ਸਕਣ ਦੇਖਣ ਵਿੱਚ ਜੋ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਜਿੱਤ ਹੈ ਇਹ ਜਿੱਤ ਹੈਗੀ ਹੈ ਔਰ ਉਹਨਾਂ ਨੇ ਕੱਲ ਬੜੀ ਬਾਖੂਬੀ ਨਾਲ ਇਸ ਜਿੱਤ ਨੂੰ ਉਹਨਾਂ ਦੇ ਪਾਰਟੀ ਦਫਤਰ ਵਿੱਚ ਹੈੱਡਕੁਆਰਟਰ ਵਿੱਚ ਮਨਾਇਆ ਵੀ ਗਿਆ ਹੈ 200 ਉਨਿਆ ਸੀਟਾਂ ਦੀ ਮਿਊਨਿਸਪਲ ਕਾਰਪੋਰੇਸ਼ਨ ਵਿੱਚ ਆਮ ਆਦਮੀ ਪਾਰਟੀ ਨੂੰ 134 ਸੀਟਾਂ ਤੇ ਜਿੱਤ ਪ੍ਰਾਪਤ ਹੋਈ ਹੈ ਜਦਕਿ ਭਾਜਪਾ ਨੂੰ 104 ਤੇ ਕਾਂਗਰਸ ਨੂੰ 9 ਤੇ ਤੇ ਅਦਰਸ ਇੰਡੀਪੈਂਡੈਂਟ ਅਸੀਂ ਕਹਿ ਸਕਦੇ ਹਾਂ ਵਿੱਚ ਪਾ ਕੇ ਤਿੰਨ ਹੁਣ ਇਹਨਾਂ ਨਤੀਜਿਆਂ ਦਾ ਅਸੀਂ ਜੇ ਐਨਾਲਿਸਿਸ ਕਰੀਏ ਕਿ ਇਸ ਤੋਂ ਪਹਿਲੇ ਕਿ ਮੈਂ ਵੋਟਰਾਂ ਦੀ ਪਰਸੈਂਟੇਜ ਦੀ ਗੱਲ ਕਰਾਂ ਇੱਕ ਬੀਜੇਪੀ ਲੀਡਰ ਦਿੱਲੀ ਦੇ ਇਹ ਕਹਿ ਰਹੇ ਹਨ ਕਿ ਅਸੀਂ ਮੇਅਰ ਜੋ ਚੁਣਿਆ ਜਾਣਾ ਉਹ ਸਾਡਾ ਹੀ ਹੋਏਗਾ ਮੇਅਰ ਜੋ ਹੁੰਦਾ ਹੈ ਉਹ 1 ਸਾਲ ਲਈ ਹੁੰਦਾ ਹੈ ਤੇ ਉਹਨਾਂ ਨੇ ਜੋ ਇਸ ਤਰ੍ਹਾਂ ਦੀ ਕਾਰਵਾਈ ਵਿੱਚ ਜਿੱਤ ਪ੍ਰਾਪਤ ਕਰਨ ਲਈ ਉਹ ਆਪਣਾ ਮੇਅਰ ਚੁਣ ਸਕਣ ਉਹਨਾਂ ਨੇ ਚੰਡੀਗੜ੍ਹ ਦੀ ਐਗਜ਼ੈਂਪਲ ਦਿੱਤੀ ਮਿਸਾਲ ਦਿੱਤੀ ਹੈ ਕਿ ਚੰਡੀਗੜ੍ਹ ਵਿੱਚ ਅਸੀਂ ਮੇਅਰ ਆਪਣਾ ਬਣਾ ਲਿਆ ਹਾਲਾਂਕਿ ਇੱਥੇ ਉਹਨਾਂ ਕੋਲ ਬਹੁਮਤ ਵੀ ਨਹੀਂ ਸੀਗਾ ਕੁਝ ਉਹਨਾਂ ਨੇ ਕਾਂਗਰਸ ਦੇ ਕੌਂਸਲਰ ਤੋੜ ਲਏ ਸੀ ਚੰਡੀਗੜ੍ਹ ਦੇ ਕੁਝ ਨੇ ਆਮ ਆਦਮੀ ਪਾਰਟੀ ਦੇ ਇੱਕ ਦੋ ਕੌਂਸਲਰ ਨੇ ਉਹਨਾਂ ਨੂੰ ਵੋਟਾਂ ਪਾ ਦਿੱਤੀਆਂ ਔਰ ਇੱਕਦ ਨੇ ਆਪਣੀ ਵੋਟ ਜੋ ਥੀ ਉਹ ਉਸ ਨੇ ਗਲਤ ਟਾਂਗ ਨਾਲ ਪਾਈ ਤੇ ਉਹ ਕੈਨਸਲ ਹੋ ਗਈ ਇਹ ਸਾਰਾ ਕੁਝ ਉਹਨਾਂ ਦੀ ਸਾਜ਼ਿਸ਼ ਦਾ ਹਿੱਸਾ ਸੀ ਕਿ ਉਹ ਚੰਡੀਗੜ੍ਹਸ ਬਣਾ ਸਕੇ ਅਜਿਹੀ ਸਾਜ਼ਿਸ਼ ਰਾਈ ਭਾਜਪਾ ਇਹ ਸੋਚ ਰਹੀ ਹੈ ਕਿ ਉਹ ਦਿੱਲੀ ਵਿੱਚ ਵੀ ਕਾਬਜ਼ ਹੋ ਸਕਦੇ ਹਨ ਔਰ ਮੇਅਰ ਉਹਨਾਂ ਦਾ ਆਏਗਾ 126 ਸੀਟਾਂ ਬਣਦੀਆਂ ਹਨ ਜੇਕਰ ਭਾਜਪਾ 9 ਦੇ 9 ਕਾਂਗਰਸ ਐਮ ਐਲ ਏ ਕੌਂਸਲਰ ਤੋੜਨ ਵਿੱਚ ਕਾਮਯਾਬ ਹੋ ਜਾਏ ਔਰ ਤਿੰਨ ਜੋ ਅਦਰ ਹਨ ਇੰਡੀਪੈਂਡੈਂਟ ਹਨ ਉਹਨਾਂ ਨੂੰ ਵੀ ਉਹ ਖਰੀਦਲੇ ਸੌਦੇਬਾਜ਼ੀ ਵਿੱਚ ਜਿਵੇਂ ਕਿ ਉਹਨਾਂ ਨੇ ਚੰਡੀ ਦਾ ਤਾਂ ਵੀ ਉਹ 126 ਦੇ ਉਹਨਾਂ ਦੀ ਗਿਣਤੀ ਪਹੁੰਚਦੀ ਹੈ ਜੇਕਰ ਉਹਨਾਂ ਨੇ ਮੇਅਰ ਆਪਣਾ ਚੁਣਨਾ ਹੈ ਜਿਵੇਂ ਕਿ ਉਹ ਕਲੇਮ ਕਰ ਰਹੇ ਹਨ ਦਾਵੇ ਕਰ ਰਹੇ ਹਨ ਛਾਤੀ ਤੇ ਹੱਥ ਮਾਰ ਮਾਰ ਕੇ ਇਹ ਕਹਿ ਰਹੇ ਹਨ ਕਿ ਮੇਅਰ ਸਾਡਾ ਹੋਏਗਾ ਉਹ ਫਿਰ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੂੰ ਤੋੜਨਾ ਪਏਗਾ ਨਵੇਂ ਚੁਣਿਓ ਇਹ ਮੈਂਬਰਾਂ ਨੂੰ ਪੈਸੇ ਨਾਲ ਖਰੀਦਣਾ ਪਏਗਾ ਜਾਂ ਇਨਕਮ ਟੈਕਸ ਜਾਂ NIA ਜਾਂ ED ਉਹਨਾਂ ਕੋਲ ਤਿੰਨ ਕੇਂਦਰ ਦੀਆਂ ਏਜੰਸੀਆਂ ਹਨ ਜੋ ਕੇ ਸਿਆਸਤਦਾਨਾਂ ਤੇ ਬਾਹਮ ਰੋੜ ਕੇ ਉਹਨਾਂ ਦੇ ਕੋਈ ਇਨਕਮ ਟੈਕਸ ਦੇ ਵਿੱਚ ਕੋਈ ਲੱਭ ਕੇ ਉਹਨਾਂ ਦੀਆਂ ਹੈਰੀਆਂ ਫੇਰੀਆਂ ਜਾਂ ਹੋਰ ਚੀਜ਼ਾਂ ਨੂੰ ਉਹਨਾਂ ਨੂੰ ਬੀਜੇਪੀ ਵੱਲ ਉਹਨਾਂ ਦਾ ਮੁਖ ਕਰ ਦਿੰਦੀਆਂ ਕਈ ਲੋਕ ਬੀਜੇਪੀ ਜਾਇਨ ਵੀ ਕਰ ਲੈਂਦੇ ਆ ਜਿਵੇਂ ਪੰਜਾਬ ਵਿੱਚ ਹੋਇਆ ਹੋਰ ਸਟੇਟਾਂ 'ਚ ਹੋਇਆ ਉਹਨਾਂ ਨੇ ਮਹਾਰਾਸ਼ਟਰ 'ਚ ਵੀ ਅੱਗੇ ਆਪਣੀ ਸਰਕਾਰ ਬਣਾਉਣ ਲਈ ਕੀਤਾ ਹੁਣ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ 250 ਸੀਟਾਂ ਦੇ ਹੌਸ ਵਿੱਚ ਉਹਨਾਂ ਦੀ ਤਕੜੀ ਮジョਰਿਟੀ ਆਈ ਹੈ ਲੋਕਾਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਦੁਰਕਾਰਿਆ ਨਹੀਂ ਚਾਹੇ ਉਹਨਾਂ ਨੇ ਆਪਣਾ ਵਿਸ਼ਵਾਸ ਆਮ ਆਦਮੀ ਪਾਰਟੀ ਵਿੱਚ ਜਤਾਇਆ ਇਹ ਗੱਲ ਬੜੀ ਸਪਸ਼ਟ ਕਰ ਦਿੰਦੀ ਹੈ ਦਿੱਲੀ ਦੇ ਵੋਟਰਾਂ ਨੇ ਕਿ ਕੇਂਦਰ ਵਿੱਚ ਭਾਵੇਂ ਪਾਰਲੀਮੈਂਟ ਦੀਆਂ ਸੀਟਾਂ ਵਿੱਚ ਬੀਜੇਪੀ ਦੇ ਜਿੱਤ ਹੋਏ ਪਰ ਜਿਹੜੇ ਸਟੇਟ ਦੇ ਤੇ ਲੋਕਲ ਮਸਲਿਆਂ ਜਿਹੜੇ ਲੋਕਲ ਬਾਡੀ ਨਾਲ ਸੰਬੰਧਤ ਹੋਦੇ ਆ ਉਹਨਾਂ ਵਿੱਚ ਉਹਨਾਂ ਨੇ ਆਪਣਾ ਵਿਸ਼ਵਾਸ ਆਮ ਆਦਮੀ ਪਾਰਟੀ ਵਿੱਚ ਜਿਤਾ ਕੇ ਉਹਨਾਂ ਨੇ ਇਹ ਇੱਕ ਲਾਈਨ ਵਿਛਾਹ ਦਿੱਤੀ ਹੈ ਜੇਕਰ ਅਸੀਂ ਵੋਟ ਪਰਸੈਂਟੇਜ ਦਾ ਐਨਲਿਸਿਸ ਕਰੀਏ ਤਾਂ ਉਹਦੇ ਵਿੱਚ ਇਕ ਗੱਲ ਬੜੀ ਸਪਸ਼ਟ ਨਜ਼ਰ ਆਈ ਹੈ ਕਿ ਲੋਕਾਂ ਨੇ ਜਿੱਥੇ ਆਮ ਆਦਮੀ ਪਾਰਟੀ ਨੂੰ 2017 ਵਿੱਚ 36.3% ਵੋਟਾਂ ਮਿਲੀਆਂ ਸਨ ਐਸਵੀ ਉਹਨਾਂ ਨੂੰ 42.5% ਵੋਟਾਂ ਮਿਲੀਆਂ ਹਨ ਇਹ ਬਹੁਤ ਵੱਡੀ ਵੜਤ ਹੋਈ ਹੈ ਜਿਸ ਕਰਕੇ ਉਹਨਾਂ ਦੀ ਦਿੱਲੀ ਮਿਊਂਸਿਪਲ ਕਾਰਪੋਰੇਸ਼ਨ ਵਿੱਚ ਵੱਡੀ ਜਿੱਤ ਹੋਈ ਹੈ ਪਰ ਇਸ ਦੇ ਨਾਲ ਹੀ ਇਹ ਦੇਖਿਆ ਗਿਆ ਕਿ ਬੀਜੇਪੀ ਦਾ ਵੀ ਵੋਟ ਪਰਸੈਂਟੇਜ ਅੱਗੇ ਨਾਲੋਂ ਵਧਿਆ ਹੈ 2017 ਵਿੱਚ ਬੀਜੇਪੀ ਨੂੰ 36.8% ਵੋਟਾਂ ਪਈਆਂ ਸਨ ਪਰ 2022 ਵਿੱਚ ਇਹ ਵੱਧ ਕੇ 39% ਵੋਟਾਂ ਹੋ ਗਿਆਨ ਇਹ ਜੇ ਵੋਟਾਂ ਆਮ ਆਦਮੀ ਪਾਰਟੀ ਨੂੰ ਪਈਆਂ ਹਨ ਇਹ ਵੋਟਾਂ ਉਹਨਾਂ ਨੇ ਬਹੁਤ ਜ਼ਿਆਦਾ ਕਾਂਗਰਸ ਦੇ ਖੇਮੇ ਵਿੱਚੋਂ ਲਈਆਂ ਹਨ ਕਾਂਗਰਸ ਨੂੰ ਜਿੱਥੇ 2017 ਵਿੱਚ 21.9% ਵੋਟਾਂ ਪਈਆਂ ਸਨ ਉਹ ਇਸ ਵਾਰੀ ਗਿਰ ਕੇ 11.8% ਹੋ ਗਿਆ ਹਨ ਸੋ ਇੱਕ ਗੱਲ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਕਾਂਗਰਸ ਨੂੰ ਹੈ ਸਭ ਜਗ੍ਹਾ ਰਿਪਲੇਸ ਕਰ ਰਹੀ ਹੈ ਉਹਦੀ ਥਾਂ ਲੈ ਰਹੀ ਹੈ ਇਸ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਜੋ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਦੇਸ਼ ਵਿੱਚ ਕੱਢ ਰਹੇ ਹਨ ਔਰ ਉਹਨਾਂ ਨੇ 2000 ਤੋਂ ਵੱਧ ਕਿਲੋਮੀਟਰ ਯਾਤਰਾ ਸੰਪੂਰਨ ਕਰ ਲਈ ਹੈ ਔਰ ਅੱਗੇ ਵਧੇ ਜਾ ਰਹੇ ਹਨ ਉਹਨਾਂ ਦੀ ਇਸ ਯਾਤਰਾ ਦਾ ਲੋਕਾਂ ਦੇ ਵੋਟ ਪੈਟਰਨ ਉੱਪਰ ਕੋਈ ਬਹੁਤਾ ਪ੍ਰਭਾਵ ਨਹੀਂ ਪਿਆ ਅਤੇ ਨਾ ਹੀ ਉਹਨਾਂ ਨੂੰ ਇਹ ਜੋ ਵੋਟਾਂ ਪਈਆਂ ਹਨ ਮ्युनਿਸਪਲ ਕਮੇਟੀ ਵਿੱਚ ਇਹਦੇ ਵਿੱਚ ਕੋਈ ਮੋਤਾ ਫਾਇਦਾ ਹੋਇਆ ਹੈ ਪਰ ਉਹਨਾਂ ਨੂੰ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਨੂੰ ਵੋਟਾਂ ਦਾ ਬਹੁਤ ਜ਼ਿਆਦਾ ਫਾਇਦਾ ਹੋਇਆ ਉੱਥੇ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਬੀਜੇਪੀ ਨੂੰ ਉੱਥੇ ਉਹਨਾਂ ਨੇ ਪਛਾੜ ਦਿੱਤਾ ਹੈ ਇਹ ਵੀ ਗੱਲ ਸੋਚਣੀ ਪਵੇਗੀ ਕਿ ਜਿਹੜੀਆਂ ਪਾਰਲੀਮੈਂਟ ਦੀਆਂ 2024 ਦੀਆਂ ਚੋਣਾਂ ਹਨ ਕੀ ਉਹਨਾਂ ਚੋਣਾਂ ਵਿੱਚ ਕਾਂਗਰਸ ਨੂੰ ਇਸ ਭਾਰਤ ਜੋੜੋ ਯਾਤਰਾ ਦਾ ਸਮੁੱਚੇ ਭਾਰਤ ਵਿੱਚ ਕੋਈ ਲਾਭ ਹੋਵੇਗਾ ਜਾਂ ਨਹੀਂ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਹੁਣ ਇੱਥੇ ਦੇਖਣ ਵਿੱਚ ਜੋ ਜਦੋਂ ਅਸੀਂ ਦਾ ਅਨਾਲਿਸਿਸ ਕਰਦੇ ਹਾਂ ਕਿ ਵੀ ਬੀਜੇਪੀ ਨੇ ਮਿਊਸਪਲ ਕਾਰਪੋਰੇਸ਼ਨ ਦਿੱਲੀ ਰਾਈ ਦਿੱਲੀ ਦੀ ਸਿਆਸੀ ਤਾਕਤ ਨੂੰ ਹਥਿਆਣ ਦਾ ਅਤੇ ਕੇਜਰੀਵਾਲ ਨੂੰ ਮਸਲਿਆਂ ਵਿੱਚ उलझा ਕੇ ਰੱਖਣ ਦਾ ਜੋ ਛੇੜੇੰਤਰ ਰਚਾਇਆ ਸੀ ਉਸ ਲਈ ਉਹਨਾਂ ਨੇ ਸਭ ਤੋਂ ਪਹਿਲੇ ਦਿੱਲੀ ਵਿੱਚ ਤਿੰਨ ਕਾਰਪੋਰੇਸ਼ਨਾਂ ਸੀਗੀਆਂ ਉਹਨਾਂ ਨੇ ਉਹਨਾਂ ਤਿੰਨਾਂ ਕਾਰਪੋਰੇਸ਼ਨਾਂ ਨੂੰ ਤੋੜ ਕੇ ਪਾਰਲੀਮੈਂਟ ਵਿੱਚ ਕਾਨੂੰਨ ਲਿਆ ਕੇ ਉਹਨਾਂ ਨੇ ਮਿਊਂਸਪਲ ਕਾਰਪੋਰੇਸ਼ਨ ਇੱਕ ਕਰ ਦਿੱਤੀ ਇਹ ਜਿਹੜੀਆਂ ਤਿੰਨ ਸੀਗੀਆਂ ਤਤਕਲੀਨ ਚੀਫ ਮਿਨਿਸਟਰ ਯਾਨੀ ਕਾਂਗਰਸ ਦੀ ਚੀਫ ਮਿਨਿਸਟਰ ਸ਼ੀਲਾ ਦਿਗਸ਼ਕ ਨੇ ਮਿਊਂਸਪਲ ਕਾਰਪੋਰੇਸ਼ਨ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਸੀ ਕਿ ਵੀ ਤਿੰਨ ਕਾਰਪੋਰੇਸ਼ਨਾਂ ਵੱਖਰੇ ਵੱਖਰੇ ਇਲਾਕੇ ਦੀਆਂ ਹੋਣ ਨਾਲ ਉਹਨਾਂ ਨੂੰ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਵਧੀਆ ਹੁੰਦੀ ਹੈ ਤੇ ਲੋਕਾਂ ਦੇ ਕੰਮਕਾਜ ਬੜੇ ਜਲਦੀ ਤੇ ਚੰਗੇ ਤਰੀਕੇ ਨਾਲ ਹੋ ਸਕਦੇ ਹਨ ਪਰ ਇਹ ਤੇ ਉਹਨਾਂ ਦਾ ਦਿਖਾਵੇ ਦਾ ਕਹਿਣਾ ਸੀ ਲੋਕਾਂ ਦੀ ਕੰਜ਼ਮਪਸ਼ਨ ਲਈ ਸੀ ਅਸਲੀ ਗੱਲ ਇਹ ਸੀ ਕਿ ਉਹ ਦਿੱਲੀ ਦੇ ਮੇਅਰ ਨੂੰ ਕਮਜ਼ੋਰ ਕਰਨਾ ਚਾਹੁੰਦੇ ਸੀਗੇ ਕਿਉਂਕਿ ਤਾਕਤਵਰ ਮੇਅਰ ਫਿਰ ਚੀਫ ਮਿਨਿਸਟਰ ਲਈ ਸਮੱਸਿਆਵਾਂ ਕ੍ਰੀਏਟ ਕਰਦੇ ਸਨ ਇਸ ਕਰਕੇ ਤਿੰਨ ਮੇਅਰ ਜਦੋਂ ਕ੍ਰੀਏਟ ਕਰ ਦਿੱਤੇ ਤਿੰਨ ਕਾਰਪੋਰੇਸ਼ਨਾਂ ਹੋ ਗਈਆਂ ਤਿੰਨ ਕਮਜ਼ੋਰ ਮੇਅਰ ਬਣ ਗਏ ਉਹ ਫਿਰ ਚੀਫ ਮਿਨਿਸਟਰ ਲਈ ਬਹੁਤਾ ਚੈਲੰਜ ਨਹੀਂ ਹੋ ਸਕਦੇ ਸੀ ਔਰ ਹੁਣ ਜੋ ਕੀਤਾ ਹੈ ਭਾਜਪਾ ਨੇ ਇੱਕ ਮੇਅਰ ਬਣੇਗਾ ਪਰ ਉਹ ਮੇਅਰ ਲੱਗਦਾ ਹੈ ਕਿ ਉਹ ਆਮ ਆਦਮੀ ਪਾਰਟੀ ਦਾ ਹੀ ਬਣੇਗਾ ਜੇਕਰ ਆਪਣੇ ਕਰਪਟ ਹੱਥ ਕੰਡਿਆਂ ਨਾਲ ਬੀਜਪੀ ਆਮ ਆਦਮੀ ਪਾਰਟੀ ਜਾਂ ਹੋਰ ਪਾਰਟੀਆਂ ਦੇ ਕੌਂਸਲਰ ਨੂੰ ਤੋੜਨ ਵਿੱਚ ਕਾਮਯਾਬ ਹੋਏ ਤਾਂ ਹੀ ਉਸ ਦਾ ਬਣੇਗਾ ਸੋ ਇੱਥੇ ਸਕੇਤਦਰੂਪੇ ਚ ਦਸਣਾ ਵੀ ਜ਼ਰੂਰੀ ਹੈ ਕਿ ਦਿੱਲੀ ਦੇ ਵੋਟਰਾਂ ਨੇ ਜਿਹੜਾ ਏਰੀਆ ਮਨੀਸ਼ ਸੋਦੀਆ ਜੋ ਆਕਸਾਈਜ मिनिस्टर ਸਨ ਹੈਗੇ ਉਹਨਾਂ ਦੇ ਇਲਾਕੇ ਵਿੱਚ ਐਮਐਲਏ ਦੀ ਕੌਨਸਟਿਟੂਐਂਸੀ ਪੈਂਦਾ ਜਸਤਿੰਦਰ ਜੈ ਜੋ ਹੈਲਥ ਮਿਨਿਸਟਰ ਹਨ ਪਰ ਉਹ ਇਸ ਸਮੇਂ ਜੇਲ੍ਹ ਵਿੱਚ ਹਨ ਉੱਥੇ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਦੇਖਣਾ ਪਿਆ ਇਸ ਦਾ ਸਿੱਧਾ ਮਤਲਬ ਇਹ ਹੈ ਕਿ ਲੋਕ ਕਿਸੇ ਕਿਸਮ ਦੀ ਵੀ ਕ੍ਰਪਸ਼ਨ ਜਾਂ ਗਲਤ ਜੋ ਕੰਮ ਕੋਈ ਵੀ ਉਹਨਾਂ ਦਾ ਮਨਿਸਟਰ ਕਰੇ ਜਾਂ ਲੀਡਰ ਕਰੇ ਉਸ ਨੂੰ ਰਿਜੈਕਟ ਕਰਦੇ ਹਨ ਅਤੇ ਬਰਦਾਸ਼ਤ ਨਹੀਂ ਕਰਦੇ ਹੁਣ ਦੇਖਣਾ ਇਹ ਹੈ ਕਿ ਜੋ ਪ੍ਰੋਮਿਸ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵੋਟਰਾਂ ਨੂੰ ਕੀਤੇ ਹਨ ਕਿ ਉਹਨਾਂ ਤੇ ਪੂਰੀ ਉਤਰ ਸਕੇਗੀ ਸਭ ਤੋਂ ਪਹਿਲਾ ਸਭ ਤੋਂ ਵੱਡਾ ਜੋ ਇਸ਼ੂ ਦਿੱਲੀ ਲਈ ਹੈ ਜਦੋਂ ਪੰਜਾਬ ਬਿਆਰਾਣਾ ਜੰਮੂ ਕਸ਼ਮੀਰ ਜਾਂ ਚੰਡੀਗੜ੍ਹ ਵੱਲੋਂ ਜਦੋਂ ਅਸੀਂ ਦਿੱਲੀ ਕਰਨਾਲ ਬਾਈਪਾਸ ਕੋਲ ਪਹੁੰਚਦੇ ਆ ਐਂਟਰ ਕਰਦੇ ਆ ਉਸ ਤੋਂ ਪਹਿਲਾਂ ਬੜੀ ਦੂਰੋਂ ਹੀ ਬਦਬੂ ਆਉਣ ਲੱਗ ਜਾਂਦੀ ਹੈ ਬੱਸਾਂ ਵਿੱਚ ਬੈਠੇ ਲੋਕ ਆਪਣੇ ਮੂੰਹ ਤੇ ਕਪੜੇ ਰੱਖ ਲੈਂਦੇ ਹਨ ਰੁਮਾਲ ਰੱਖ ਲੈਂਦੇ ਹਨ ਤੇ ਕਹਿਣ ਲੱਗ ਜਾਂਦੇ ਹਨ ਕਿ ਦਿੱਲੀ ਆ ਗਿਆ ਤੇ ਦਿੱਲੀ ਨੇ ਬਦਬੂ ਨਾਲ ਸਵਾਗਤ ਕੀਤਾ ਹੈ ਜਿਹੜੇ ਯਾਤਰੀ ਦਿੱਲੀ ਜਾ ਰਹੇ ਹਨ ਇਹ ਬਹੁਤ ਵੱਡਾ ਇੱਕ ਕਲੰਕ ਸੀਗਾ ਦਿੱਲੀ ਤੇ ਪਿਛਲੇ 30 ਸਾਲਾਂ ਦਾ ਇਸ ਗੂੜੇ ਦੇ ਪਹਾੜ ਨੂੰ ਉੱਥੋਂ ਬਦਲਣ ਲਈ ਤਬਦੀਲ ਉਹਨੂੰ ਉੱਥੋਂ ਸ਼ਿਫਟ ਕਰਨ ਦਾ ਪ੍ਰੋਮਿਸ ਕੀਤਾ ਸਭ ਤੋਂ ਵੱਡਾ ਇਹ ਬੜੀ ਵੱਡੀ এনवायरमेंटਲ ਪ੍ਰੋਬਲਮ ਹੈ। ਔਰ ਇਹ ਜੋ ਹੈ ਉਸ ਇਲਾਕੇ ਦੇ ਵਿੱਚ ਇਤਨੀ ਕਣੀ ਪਾਪੂਲੇਸ਼ਨ ਵਸ ਗਈ ਹੈ। ਉਹਨਾਂ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਇਸ ਪੋਲੂਸ਼ਨ ਤੋਂ ਹੁੰਦੀਆਂ ਹਨ। ਮੱਛਰ, ਗਾਂਦ, ਕੀੜੇ, ਬਦਬੂ, ਗੰਦਾ ਵਾਤਾਵਰਨ, ਹਰ ਸਮੇਂ ਬਦਬੂ ਸੁੰਗਣੀ। ਉਹਨਾਂ ਦੀ ਜਿਹੜੀ স্মੈਲ ਸੈਂਸ ਹੈ ਉਸ ਇਲਾਕੇ ਦੇ ਲੋਕਾਂ ਦੀ ਉਹ ਵੀ ਖਤਮ ਕਰ ਦਿੱਤੀ ਹੈ ਸੋ ਇਸ ਤੋਂ ਇਲਾਵਾ ਉਹਨਾਂ ਨੇ ਪ੍ਰੋਮਿਸ ਕੀਤਾ ਹੈ ਕਿ ਉਹ ਕਾਰਪੋਰੇਸ਼ਨ ਵਿੱਚ ਜੋ ਰਿਸ਼ਵਤ ਚੱਲਦੀ ਹੈ ਬਿਨਾ ਪੈਸੇ ਲਏ ਲੋਕਾਂ ਦੇ ਕੰਮ ਹੋਣਗੇ ਉਹਨਾਂ ਨੇ ਇਹ ਵੀ ਪ੍ਰੋਮਿਸ ਕੀਤਾ ਹੈ ਕੋ ਦਿੱਲੀ ਨੂੰ ਇਸ ਤੋਂ ਵੀ ਵੱਧ ਖੂਬਸੂਰਤ ਬਣਾਉਣਗੇ ਔਰ ਸਕੂਲਾਂ ਦੀ ਹਾਲਤ ਸਦਾਰਨਗੇ ਦਿੱਲੀ ਵਿੱਚ ਸਟ੍ਰੇ ਐਨੀਮਲ ਦੀ ਬੜੀ ਸਮੱਸਿਆ ਇਹ ਵਾਰਾ ਜਿਹੜੇ ਡੰਗਰ ਘੁੰਮਦੇ ਹਨ ਬੁੱਢੇ ਹੋ ਜਾਂਦੇ ਹਨ ਉਹਨਾਂ ਨੂੰ ਲੋਕ ਸੜਕਾਂ ਤੇ ਛੱਡ ਦਿੰਦੇ ਆਂ ਦੁੱਧ ਦੇਣ ਵਾਲੇ ਜਾਨਵਰਾਂ ਨੂੰ ਔਰ ਉੱਥੇ ਮੱਝਾਂ ਗਾਈਆਂ ਔਰ ਬਲਦ ਸੰਡੇ ਘੁੰਮਦੇ ਹਨ ਜਿਨ੍ਹਾਂ ਨਾਲ ਰੋਡ ਐਕਸੀਡੈਂਟ ਵੀ ਹੁੰਦੇ ਆਂ ਕਈ ਵਾਰੀ ਇਹ ਜਾਨਵਰ ਬੰਦਿਆਂ ਉੱਪਰ ਹਮਲਾ ਵੀ ਕਰ ਦਿੰਦੇ ਆਂ ਕਈ ਮੌਤਾਂ ਵੀ ਰਿਪੋਰਟ ਹੋਈਆਂ ਇਹਨਾਂ ਨੂੰ ਵੀ ਖਤਮ ਕਰਨਾ ਔਰ ਦਿੱਲੀ ਦੀ ਸਭ ਤੋਂ ਵੱਡੀ ਸਮੱਸਿਆ ਜੋ ਪਾਰਕਿੰਗ ਦੀ ਸਮੱਸਿਆ ਹੈ ਕਿ ਦਿੱਲੀ ਵਿੱਚ ਇੰਨੀਆਂ ਜ਼ਿਆਦਾ ਕਾਰਾਂ ਹੋ ਗਿਆ ਹਨ ਕਿ ਤੁਹਾਨੂੰ ਪਾਰਕਿੰਗ ਲਈ ਥਾਂ ਨਹੀਂ ਲੱਭਦੀ ਅਤੇ ਬੜੀ-ਬੜੀ ਦੂਰ ਪਾਰਕਿੰਗ ਕਰਕੇ ਤੁਹਾਨੂੰ ਪੈਦਲ ਆਣਾ ਪੈਣਾ ਪੈਂਦਾ ਸੋ ਪਾਰਕਿੰਗ ਦੀ ਸਮੱਸਿਆ ਜੋ ਹੈ ਇਸ ਨੂੰ ਹੱਲ ਕਰਨ ਦਾ ਵੀ ਉਹਨਾਂ ਨੇ ਬਹੁਤ ਵੱਡਾ ਪ੍ਰੋਮਿਸ ਕੀਤਾ ਹੈ ਹੁਣ ਦੇਖਦੇ ਹਾਂ ਕਿ ਇਸ ਪ੍ਰੋਮਿਸ ਵਿੱਚ ਜਿਹੜੇ ਲੋਕਲ ਬਾਡੀਜ਼ ਦੇ ਤੋਂ ਕਮਕਾਰਾਂ ਦੇ ਪ੍ਰੋਮਿਸ ਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਕੀਤੇ ਆ ਆਮ ਆਦਮੀ ਪਾਰਟੀ ਨੇ ਕੀਤੇ ਆ ਉਹਨਾਂ ਵਿੱਚ ਕਿੰਨੀ ਪੂਰੀ ਉਤਰਦੀ ਹੈ ਔਰ ਇੱਥੇ ਹੀ ਇਹ ਵੀ ਕਹਿਣਾ ਜ਼ਰੂਰੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਜੋ ਹਰ ਸਮੇਂ ਆਮ ਆਦਮੀ ਪਾਰਟੀ ਦੀਆਂ ਹੋ ਰੀਆਂ ਗੁਜਰਾਤ ਦੇ ਮਾਚਲ ਦੀਆਂ ਚੋਣਾਂ ਦਿੱਲੀ ਦੀਆਂ ਮਿਊਨਿਸਪਲ ਕਾਰਪੋਰੇਸ਼ਨਾਂ ਦੀਆਂ ਚੋਣਾਂ ਵਿੱਚ ਇੱਕ ਸਟਾਰ ਕੰਪੇਨਰ ਦੇ ਰੂਪ ਵਿੱਚ ਬਹੁਤ ਸਮਾਂ ਸਟੇਟ ਦੀ ਐਡਮਿਨਿਸਟ੍ਰੇਸ਼ਨ ਨੂੰ ਪਿੱਛੇ ਛੱਡ ਗਏ ਔਰ ਉਧਰ ਬਿਜੀ ਰਹਿੰਦੇ ਹਨ ਇਸ ਕਰਕੇ ਉਹਨਾਂ ਦੀ ਜਿਹੜੀ ਪੰਜਾਬ ਉੱਪਰ ਕੰਮਕਾਰ ਕਰਨ ਦੀ ਵਿਧੀ ਹੈ ਸਲੀਕਾ ਹੈ ਉਸਤੇ ਕਿੰਤੂ ਪਰੰਤੂ ਵਿਰੋਧੀ ਪਾਰਟੀਆਂ ਕਰਦੀਆਂ ਰਹਿੰਦੀਆਂ ਹਨ ਹੁਣ ਲੱਗਦਾ ਹੈ ਕਿ ਚੋਣਾਂ ਗੁਜਰਾਤ ਚ ਵੀ ਖਤਮ ਹੋ ਗਿਆ ਹਿਮਾਚਲ ਚ ਵੀ ਖਤਮ ਹੋ ਗਿਆ ਔਰ ਦਿੱਲੀ ਕਾਰਪੋਰੇਸ਼ਨ ਦੇਆ ਵੀ ਹੋ ਗਿਆ ਹੁਣ ਉਹ ਜਾਨੀ ਭਗਵੰਤ ਮਾਨ ਜੀ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਵਾਲ ਆਪਣਾ ਪੂਰਾ ਧਿਆਨ ਦੇਣਗੇ ਅਤੇ ਪੰਜਾਬ ਦਾ ਕੰਮਕਾਜ ਬਿਹਤਰ ਢੰਗ ਨਾਲ ਚਲਾਣਗੇ ਅਤੇ ਵਿਰੋਧੀ ਪਾਰਟੀਆਂ ਵੱਲੋਂ ਲਾਏ ਜਾਂਦੇ ਦੋਸ਼ਾਂ ਨੂੰ ਕਿ ਪੰਜਾਬ ਦਾ ਚੀਫ ਮਿਨਿਸਟਰ ਤਾਂ ਬਹੁਤਿਆ ਟਾਈਮ ਦੂਸਰੀਆਂ ਸਟੇਟਾਂ ਵਿੱਚ गुजारਦਾ ਹੈ ਇਸ ਤੋਂ ਵੀ ਉਹ ਛੁਟਕਾਰਾ ਪਾਣਗੇ ਅੱਜ ਦੀ ਵੀਡੀਓ ਅਸੀਂ ਇੱਥੇ ਖਤਮ ਕਰਦੇ ਹਾਂ ਤੇ ਉਮੀਦ ਆ ਆਪ ਜੀ ਨੂੰ ਪਸੰਦ ਆਏਗੀ ਧੰਨਵਾਦ